ਦਰਵੇਸ਼ ਸਿਆਸਤਦਾਨ ਦੂਰ ਸੋਚਣ ਵਾਲਾ ਵਿਅਕਤੀ, ਪੰਜਾਬ ਦੇ ਹਿੱਤ 'ਚ ਸੋਚਣ ਵਾਲਾ ਵਿਅਕਤੀ, ਭਾਰਤੀ ਜਨਤਾ ਪਾਰਟੀ ਦਾ ਇੱਕ ਅੰਤਰ ਸਿਪਾਹੀ, ਵੈਸੇ ਉਹਨਾਂ ਬਹੁਤ ਵੱਡਾ ਲੋਸ ਹੈ। ਸਟੇਟ ਦਾ ਲੋਸ ਨਹੀਂ, ਪਾਰਟੀ ਦਾ ਲੋਸ ਨਹੀਂ, ਸੰਘ ਦਾ ਸੰਗਠਨ ਦਾ ਲੋਸ ਵੀ ਹੈ, ਜਿਹਨੇ ਆਪਣੇ ਜੀਵਨ ਦੇ ਅੰਦਰ ਜਦੋਂ ਫੌਜ ਸੰਭਾਲੀ ਉਸ ਤੋਂ ਬਾਅਦ ਕਦੀ ਸੰਗਠਨ ਤੋਂ ਇਲਾਵਾ ਸੋਚਿਆ ਕੁਛ ਨਹੀਂ, ਪਾਰਟੀ ਤੋਂ ਇਲਾਵਾ ਸੋਚਿਆ ਕੁਛ ਨਹੀਂ, ਔਰ ਐਡੀ ਹਾਈਟ 'ਤੇ ਰਹੇ ਕਿ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਦੇ ਰਾਜਨੀਤਿਕ ਸਲਾਹਕਾਰ ਰਹੇ, ਪੰਜਾਬ ਦੇ ਚੀਫ ਮਿਨਿਸਟਰ ਦੇ ਰਾਜਨੀਤਿਕ ਸਲਾਹਕਾਰ ਰਹੇ, ਪਾਰਟੀ ਦੇ ਸਟੇਟ ਦੇ ਪ੍ਰਧਾਨ ਰਹੇ, ਪਾਰਟੀ ਦੇ ਆਲ ਇੰਡੀਆ ਅੱਜ ਕਮੇਟੀ ਦੇ ਮੈਂਬਰ ਵੀ ਨੇ। PM ਸਾਹਿਬ ਨੇ ਦੁੱਖ ਪ੍ਰਗਟ ਕੀਤਾ, ਮੇਰੀ ਰਾਤੀ ਅਮਿਤ ਸ਼ਾਹ ਜੀ ਨਾਲ ਗੱਲ ਹੋਈ, ਉਹਨਾਂ ਨੇ ਦੁੱਖ ਪ੍ਰਗਟ ਕੀਤਾ, ਮੈਂ ਭੈਣ ਜੀ ਨਾਲ ਗੱਲ ਕਰੀ। ਪੂਰੇ ਦੇਸ਼ 'ਚ ਕਈ CMs ਦੇ, ਕਈ ਮਿਨਿਸਟਰਸ ਦੇ ਫੋਨ ਆ ਰਹੇ, ਲਗਭਗ 3-4 ਮਿਨਿਸਟਰ ਤੇ ਫੋਨ ਦਾ ਵੇ ਨੇ, 2-3 ਆ ਗਏ। ਬੜਾ ਦੁਖਦ ਹੈ, ਮੇਰੀ ਵਿਅਕਤੀਗਤ ਹਾਨੀ ਹੈ, ਮੇਰੇ ਬਚਪਨ ਦੇ ਦੋਸਤ ਸਨ, ਸ਼ਾਇਦ ਦੁਨੀਆ ਦਾ ਕੋਈ ਐਸਾ ਕੰਮ ਆਪਣੀ ਜ਼ਿੰਦਗੀ ਦਾ ਸੀ ਕਿ ਦੂਜੇ ਨਾਲ ਸ਼ੇਅਰ ਕੀਤਾ, ਉਹਨਾਂ ਨੇ ਕੀਤਾ, ਜਾਣਾ ਬਹੁਤ ਵੱਡੀ ਲੱਗਦਾ ਵੀ ਇਹੋ ਜਿਹਾ ਇਨਸਾਨ ਸੀ ਜਿਹੜੇ ਦੂਜੀਆਂ ਚਾਹੇ ਓਪੋਜੀਸ਼ਨ ਪਾਰਟੀਆਂ ਹੋਣ, ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਮਤਲਬ ਤਾਲਮੇਲ ਬਹੁਤ ਵਧੀਆ ਸੀਗਾ। ਐਸਾ ਪੰਜਾਬ ਦੇ ਹਿੱਤਾਂ ਵਾਸਤੇ ਸੋਚਣਾ, ਪੰਜਾਬੀਅਤ ਵਾਸਤੇ ਸੋਚਣਾ, ਦੇਸ਼ ਦੀ ਜਿਹੜੀ ਅਖੰਡਤਾ ਵਾਸਤੇ ਸੋਚਣਾ, ਕੰਬੀਨੇਸ਼ਨ ਸੀ। ਐਸਾ ਕੰਬੀਨੇਸ਼ਨ ਵਿਰਲੇ ਟਾਈਮ 'ਚ ਪੈਦਾ ਹੁੰਦੇ ਮਾਵਾਂ, ਮੈਂ ਸਮਝਣਾ ਬਹੁਤ ਵੱਡੀ ਗੱਲ, ਨਹੀਂ ਸ਼ਬਦ ਹੈ ਮੇਰੇ ਕੋਲ, ਸ਼ਬਦ ਹੀ ਨਹੀਂ। ਧਰਮਿੰਦਰ ਪ੍ਰਧਾਨ ਜੀ ਆਏ, ਵਿਦੇਸ਼ ਮੰਤਰੀ ਮੁਰਲੀ ਜੀ ਆਏ, ਇੰਡਸਟਰੀ ਮਿਨਿਸਟਰ ਸੋਮ ਪ੍ਰਕਾਸ਼ ਜੀ ਆਉਣ ਦਾ ਵੇ ਹੈ, ਸੰਘ ਦੇ ਸਹਿਕਾਰੀ ਆਏ, ਸਰਬਾਤਰੀ ਜੀ ਆਏ, ਨਿੱਜੀ ਤੌਰ 'ਤੇ ਜਾਂ ਪਾਰਟੀ ਤੌਰ 'ਤੇ। ਦੇਖੋ, ਕਮਲ ਸ਼ਰਮਾ ਸਾਡੇ ਬਹੁਤ ਹੀ ਹੋਨਹਾਰ ਕਾਰਕਰਤਾ ਵੀ ਸੀਗੇ, ਨੇਤਾ ਵੀ ਸੀਗੇ, ਔਰ ਪੰਜਾਬ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਔਰਗਨਾਈਜ਼ੇਸ਼ਨਲ ਸੰਗਠਨਾਤਮਕ ਸਾਰੇ ਸੈਟਅਪ ਨੂੰ ਪੂਰਾ ਇੱਕ ਮਿਹਨਤ ਕਰਕੇ ਠੀਕ ਕੀਤਾ, ਉਹ ਪਾਰਟੀ ਦੇ ਵਿੱਚ ਬਹੁਤ ਉਹਨਾਂ ਨੇ ਵਾਧਾ ਕੀਤਾ ਸੀ, ਔਰ ਕੁਛ ਸੋਚ ਵੀ ਨਹੀਂ ਸੀ ਸਕਦਾ ਕਿ ਵੀ ਇਸ ਤਰ੍ਹਾਂ ਅਚਾਨਕ ਸਾਡੇ 'ਚੋਂ ਚਲੇ ਜਾਣਗੇ। ਉਹਨਾਂ ਦੇ ਜਾਣ ਨਾਲ ਪ੍ਰਦੇਸ਼ ਨੂੰ ਵੀ ਨੁਕਸਾਨ ਹੋਇਆ, ਪਾਰਟੀ ਨੂੰ ਵੀ ਨੁਕਸਾਨ ਹੋਇਆ, ਔਰ ਮੇਰਾ ਤਾਂ ਉਹਨਾਂ ਨਾਲ ਬਹੁਤ ਹੀ ਇੱਕ ਸੰਬੰਧ ਸੀਗਾ। ਜਦ ਹਰਿਆਣਾ ਪੰਜਾਬ ਦਾ ਮੈਂ ਸੰਗਠਨ ਮੰਤਰੀ ਇਸ ਨਾਤੇ, ਪ੍ਰਭਾਰੀ ਇਸ ਨਾਤੇ ਕਈ ਸਾਲਾਂ 'ਚ ਇਕੱਠੇ ਕੰਮ ਕੀਤਾ, ਉਹ ਪ੍ਰਧਾਨ ਸੀਗੇ ਉਸ ਵੇਲੇ ਵੀ ਮੇਰੇ ਕੋਲ ਜ਼ਿੰਮੇਵਾਰੀ ਸੀਗੀ, ਅਤੇ ਅਸੀਂ ਬਹੁਤ ਸਾਰੇ ਮਿਲ ਕਰਕੇ ਸਾਰੇ ਕੰਮ ਕਰਦੇ ਸੀ ਪੂਰੀ ਟੀਮ ਦੇ ਨਾਤੇ। ਇੱਕ ਬਹੁਤ ਵੱਡਾ ਲੋਸ ਮੇਰਾ ਮੈਂ ਕਹਿੰਦਾ ਪਰਸਨਲ ਲੋਸ ਵੀ ਹੈ, ਔਰ ਪਾਰਟੀ ਦੇ ਨਾਤੇ ਵੀ ਲੋਸ ਹੈ, ਪਰਿਵਾਰ ਦੇ ਨਾਤੇ ਵੀ। ਆਖਿਰ ਬਹੁਤ ਵੱਡਾ ਇੱਕ ਸਦਮਾ ਇੱਕ ਪਰਿਵਾਰ ਦੇ ਉੱਤੇ ਗਿਆ ਹੈ, ਔਰ ਮੈਂ ਤਾਂ ਅੱਜ ਵੀ ਕਹਾਂਗਾ ਕਿ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ, ਔਰ ਪਰਿਵਾਰ ਦੇ ਲੋਕਾਂ ਨੂੰ, ਪਾਰਟੀ ਦੇ ਸਭ ਲੋਕਾਂ ਨੂੰ ਇਸ ਨੁਕਸਾਨ ਹੋਇਆ, ਜਿਹੜੀ ਲੋਸ ਹੋਇਆ, ਇਹਨੂੰ ਸਹਿਨ ਕਰਨ ਦੀ। ਉਹ ਦਿੱਲੀ ਦਾ ਰੂਟੀਨ ਹੈ। ਬਹੁਤ ਵੱਡਾ ਘਾਟਾ, ਨਿੱਜੀ ਤੌਰ 'ਤੇ ਮੇਰੇ ਦਾ ਬਹੁਤ ਵੱਡਾ ਘਾਟਾ, ਪਰ ਸਾਡੇ ਪਾਰਟੀ ਦੇ ਸਤੰਭ ਸੀ, ਪਾਰਟੀ ਦੀ ਜਨਜਾਨ ਸੀ, ਪਾਰਟੀ ਨੂੰ ਗਾਈਡ ਕਰਨ ਵਾਲੇ ਸੀ। ਬਹੁਤ ਵੱਡਾ ਘਾਟਾ ਜਿਹੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਪਿਆ ਸਾਨੂੰ। ਬਹੁਤ ਵੱਡਾ ਲੋਸ ਹੈ ਪੰਜਾਬ ਦਾ, ਬਹੁਤ ਭਾਜੀ ਸਾਡੇ ਵਾਸਤੇ, ਬਹੁਤ ਵੱਡਾ ਚੱਲਿਆ ਗਿਆ ਸਾਡਾ।